ਸਿੱਖੋ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ, ਵਾਹਿਗੁਰੂ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ। ਦਸਮ ਭਗਵਤੀ ਸਿਮਰਤਾ ਗੁਰੂ ਨਾਨਕ ਲਈ ਧਿਆਏ, ਕਰੰਦਰ ਗੁਰਤ ਅਮਰਦਾਸ ਰਾਮ ਦਾਸਾ ਹੋਈ ਸਹਾਈ। ਅਰਜਨ ਹਰਗੋਬਿੰਦਨਾ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਕ੍ਰਿਸ਼ਨ ਧਿਆਈ ਦਿੱਤੇ ਸਭ ਕੁਝ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌਮ ਧਿਆਵੈ ਧਾਈ, ਸਭ ਸਾਈਂ ਹੋਏ ਸਹਾਈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਸਾਈਂ ਹੋਏ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਅਨੁਸਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਵਾਹਿਗੁਰੂ ਵਾਹਿਗੁਰੂ। ਤੇਲ ਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਯੋਗਿਆਂ ਦੇ ਉਹ ਸਤਿਗੁਰ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਮਹਾਰਾਜ ਜੀ, ਅੱਜ ਜਲੰਧਰ ਤੋਂ MP ਦੀ ਇਲੈਕਸ਼ਨ ਹੋਣੀ ਹੈ ਮਹਾਰਾਜ, ਚੋਣਾਂ ਹੋਣੀਆਂ। ਸੱਚੇ ਪਾਤਸ਼ਾਹ ਆਪ ਜੀ ਦੇ ਦਰ ਘਰ ਦੇ ਸੇਵਕ ਬੀਬੀ ਕਰਮਜੀਤ ਕੌਰ ਜੀ ਚੌਧਰੀ, ਸੁਪਤਨੀ ਸਵਰਗ ਵਾਸੀ ਸਰਦਾਰ ਸੰਤੋਖ ਸਿੰਘ ਜੀ ਚੌਧਰੀ, ਆਪ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕਣ ਲਈ ਹਾਜ਼ਰ ਹੋਏ ਨੇ ਮਹਾਰਾਜ ਦੇ ਪਾਤਸ਼ਾਹ ਜੀ ਕਿਰਪਾ ਕਰਨੀ ਬਖਸ਼ ਕਰਨੀ। ਸਮੂਹ ਸੇਵਕ ਪਰਿਵਾਰ ਦੇ ਸਿਰ 'ਤੇ ਮਿਹਰ ਭਰੇ ਆਤਮਾ, ਪਰਿਵਾਰ ਵਿੱਚ ਸੁੱਖ ਸ਼ਾਂਤੀ, ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ ਕਰਨੀ। ਗੁਰਮਤਿ ਅਨੁਸਾਰ ਮਹਾਰਾਜ ਜੀ ਆਪਣੇ ਦਰੋ ਘਰੋਂ ਮਨੋਰਥ ਪੂਰੇ ਕਰਨੇ, ਕਾਰਜ ਰਾਜ ਕਰਨੇ, ਸਫਲਤਾ ਕਾਮਯਾਬੀਆਂ ਬਖਸ਼ ਕਰਨੀਆਂ। ਅਰਦਾਸ ਪੇਟ ਮਾਇਆ ਹਜ਼ਰ ਹੋਈ ਸੇਵਾ ਪ੍ਰਵਾਨ ਕਰਨੀ, ਸਿੱਖ ਕਮਾਈ ਸਫਲ ਕਰਨੀ। ਮਹਾਰਾਜ ਦੇ ਪਾਤਸ਼ਾਹ ਜੀ ਉਹ ਬੇਨਤੀ ਆਪਣੇ ਦਰ 'ਤੇ ਪ੍ਰਵਾਨ ਕਰਨੀ। ਮਹਾਰਾਜ ਜੋ ਮੰਗੈ ਠਾਕੁਰ ਆਪਣੇ 'ਤੇ, ਸੋਈ ਸੋਈ ਦੇਵੈ ਨਾਨਕ ਦਾਸ ਮੁਖਤੇ ਜੋ ਬੋਲੈ, ਜਿਹਾਂ ਉਹਾਂ ਸੱਚ ਹੋਵੈ। ਸਹੀ ਪਿਆਰੇ ਵੇਲੋ ਜਿਨ੍ਹਾਂ ਦੇ ਮਿਲੇ ਆਪ ਜੀ ਦਾ ਨਾਮ ਚੇਤੇ ਆਵੇ, ਨਾਨਕ ਨਾਮ ਸਾਡੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਨਾਮ ਦੋ ਤਿੰਨ ਵਧੀਆ ਹੈ। ਅਰਦਾਸ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ, ਵਾਹਿਗੁਰੂ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ। ਦਸਮ ਭਗਵਤੀ ਸਿਮਰਤਾ ਗੁਰੂ ਨਾਨਕ ਲਈ ਧਿਆਏ, ਕਰੰਦਰ ਗੁਰਤ ਅਮਰਦਾਸ ਰਾਮ ਦਾਸਾ ਹੋਈ ਸਹਾਈ। ਅਰਜਨ ਹਰਗੋਬਿੰਦਨਾ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਕ੍ਰਿਸ਼ਨ ਧਿਆਈ ਦਿੱਤੇ ਸਭ ਕੁਝ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌਮ ਧਿਆਵੈ ਧਾਈ, ਸਭ ਸਾਈਂ ਹੋਏ ਸਹਾਈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਸਾਈਂ ਹੋਏ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਅਨੁਸਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਵਾਹਿਗੁਰੂ ਵਾਹਿਗੁਰੂ। ਤੇਲ ਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਯੋਗਿਆਂ ਦੇ ਉਹ ਸਤਿਗੁਰ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਮਹਾਰਾਜ ਜੀ। ਅੱਜ ਜਲੰਧਰ ਤੋਂ MP ਦੀ ਇਲੈਕਸ਼ਨ ਹੋਣੀ ਹੈ ਮਹਾਰਾਜ, ਚੋਣਾਂ ਹੋਣੀਆਂ। ਸੱਚੇ ਪਾਤਸ਼ਾਹ ਆਪ ਜੀ ਦੇ ਦਰ ਘਰ ਦੇ ਸੇਵਕ ਬੀਬੀ ਕਰਮਜੀਤ ਕੌਰ ਜੀ ਚੌਧਰੀ, ਸੁਪਤਨੀ ਸਵਰਗ ਵਾਸੀ ਸਰਦਾਰ ਸੰਤੋਖ ਸਿੰਘ ਜੀ ਚੌਧਰੀ, ਆਪ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕਣ ਲਈ ਹਾਜ਼ਰ ਹੋਏ ਨੇ ਮਹਾਰਾਜ ਦੇ ਪਾਤਸ਼ਾਹ ਜੀ ਕਿਰਪਾ ਕਰਨੀ ਬਖਸ਼ ਕਰਨੀ। ਸਮੂਹ ਸੇਵਕ ਪਰਿਵਾਰ ਦੇ ਸਿਰ 'ਤੇ ਮਿਹਰ ਭਰੇ ਆਤਮਾ, ਪਰਿਵਾਰ ਵਿੱਚ ਸੁੱਖ ਸ਼ਾਂਤੀ, ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ ਕਰਨੀ। ਗੁਰਮਤਿ ਅਨੁਸਾਰ ਮਹਾਰਾਜ ਜੀ ਆਪਣੇ ਦਰੋ ਘਰੋਂ ਮਨੋਰਥ ਪੂਰੇ ਕਰਨੇ, ਕਾਰਜ ਰਾਜ ਕਰਨੇ, ਸਫਲਤਾ ਕਾਮਯਾਬੀਆਂ ਬਖਸ਼ ਕਰਨੀਆਂ। ਅਰਦਾਸ ਪੇਟ ਮਾਇਆ ਹਜ਼ਰ ਹੋਈ ਸੇਵਾ ਪ੍ਰਵਾਨ ਕਰਨੀ, ਸਿੱਖ ਕਮਾਈ ਸਫਲ ਕਰਨੀ। ਮਹਾਰਾਜ ਦੇ ਪਾਤਸ਼ਾਹ ਜੀ ਉਹ ਬੇਨਤੀ ਆਪਣੇ ਦਰ 'ਤੇ ਪ੍ਰਵਾਨ ਕਰਨੀ। ਮਹਾਰਾਜ ਜੋ ਮੰਗੈ ਠਾਕੁਰ ਆਪਣੇ 'ਤੇ, ਸੋਈ ਸੋਈ ਦੇਵੈ ਨਾਨਕ ਦਾਸ ਮੁਖਤੇ ਜੋ ਬੋਲੈ, ਜਿਹਾਂ ਉਹਾਂ ਸੱਚ ਹੋਵੈ। ਸਹੀ ਪਿਆਰੇ ਵੇਲੋ ਜਿਨ੍ਹਾਂ ਦੇ ਮਿਲੇ ਆਪ ਜੀ ਦਾ ਨਾਮ ਚੇਤੇ ਆਵੇ, ਨਾਨਕ ਨਾਮ ਸਾਡੀ ਕਲਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋ ਤਿੰਨ ਵਧੀਆ ਲੱਗ ਗਏ।